two, one! Wow! ਆਪਾਂ ਐਕਸਪੈਰੀਮੈਂਟ ਦੇ ਵਿੱਚ ਦੇਖਿਆ ਜਦੋਂ ਲਾਈਟ ਟਰੂ ਸੋਲੂਸ਼ਨ 'ਚੋਂ ਪਾਸ ਕਰਦੀ ਹੈ ਉਸਦਾ ਪਾਥ ਦਿਖਾਈ ਨਹੀਂ ਦਿੰਦਾ, ਲੇਕਿਨ ਜਦੋਂ ਕੋਲਾਈਡਲ ਸੋਲੂਸ਼ਨ 'ਚੋਂ ਪਾਸ ਕਰਦੀ ਹੈ ਤਾਂ ਪਾਥ ਆਫ ਲਾਈਟ ਬਿਕਮ ਵਿਜ਼ੀਬਲ। ਇਹ ਪੂਰਾ ਸੋਲੂਸ਼ਨ ਤੁਸੀਂ ਦੇਖਿਆ ਗਲੋ ਕਰਨ ਲੱਗ ਪਿਆ ਸੀ, ਹੈ ਨਾ? ਤਾਂ ਇਸ ਦਾ ਰੀਜ਼ਨ ਕੀ ਹੈ? ਟਰੂ ਸੋਲੂਸ਼ਨ ਦੇ ਪਾਰਟੀਕਲ ਇੰਨੇ ਛੋਟੇ ਹੁੰਦੇ ਆ ਉਹ ਲਾਈਟ ਨੂੰ ਸਕੈਟਰ ਨਹੀਂ ਕਰ ਸਕਦੇ। ਸਕੈਟਰਿੰਗ ਦਾ ਮਤਲਬ ਹੁੰਦਾ ਹੈ ਸਪਰੈਡਿੰਗ ਆਫ ਲਾਈਟ ਇਨ ਆਲ ਡਾਇਰੈਕਸ਼ਨਸ। ਹੁਣ ਦੇਖੋ ਇਹਦੇ ਪਾਰਟੀਕਲ ਇੰਨੇ ਛੋਟੇ ਆ, ਇਹ ਲਾਈਟ ਨੂੰ ਸਕੈਟਰ ਨਹੀਂ ਕਰ ਸਕਦੇ ਤਾਂ ਲਾਈਟ ਦਾ ਪਾਥ ਦਿਖਾਈ ਨਹੀਂ ਦਿੰਦਾ। ਲੇਕਿਨ ਇਨ ਕੋਲਾਈਡਲ ਸੋਲੂਸ਼ਨ ਪਾਰਟੀਕਲ ਸਾਈਜ਼ ਇਜ਼ ਗ੍ਰੇਟਰ ਇਨਫ ਟੂ ਸਕੈਟਰ ਦਾ ਲਾਈਟ। ਪਾਰਟੀਕਲ ਸਾਈਜ਼ ਇੰਨਾ ਕੁ ਵੱਡਾ ਹੁੰਦਾ ਹੈ ਉਹ ਲਾਈਟ ਨੂੰ ਬੜੇ ਆਰਾਮ ਨਾਲ ਸਕੈਟਰ ਕਰ ਦਿੰਦਾ। ਤਾਂ ਜਦੋਂ ਲਾਈਟ ਸਕੈਟਰ ਹੋ ਜਾਂਦੀ ਹੈ ਦੋਸਤੋ ਤਾਂ ਉਸਦਾ ਪਾਥ ਵਿਜ਼ੀਬਲ ਹੋ ਜਾਂਦਾ। ਐਂਡ ਦਿਸ ਫਿਨੋਮੀਨਾ ਇਜ਼ ਕਾਲਡ ਟੈਂਡਲ ਇਫੈਕਟ। ਯਾਦ ਰੱਖਿਓ, ਟੈਂਡਲ ਇਫੈਕਟ ਇਜ਼ ਦਾ ਫਿਨੋਮੀਨਾ ਇਨ ਵਿੱਚ ਪਾਥ ਆਫ ਲਾਈਟ ਬਿਕਮ ਵਿਜ਼ੀਬਲ ਡਿਊ ਟੂ ਸਕੈਟਰਿੰਗ ਆਫ ਲਾਈਟ ਬਾਏ ਦਾ ਪਾਰਟੀਕਲਸ ਆਫ ਮੀਡੀਅਮ। ਸੋ ਵੀ ਕੈਨ ਸੇ ਦੈਟ ਟਰੂ ਸੋਲੂਸ਼ਨ ਡੋ ਨੋਟ ਸ਼ੋ ਟੈਂਡਲ ਇਫੈਕਟ ਵਾਈਲ ਕੋਲਾਈਡਲ ਸੋਲੂਸ਼ਨ ਸ਼ੋ ਟੈਂਡਲ ਇਫੈਕਟ। ਹੁਣ ਇਸ ਤਰ੍ਹਾਂ ਦਾ ਇਫੈਕਟ ਤੁਸੀਂ ਹੋਰਰ ਮੂਵੀਜ਼ ਦੇ ਵਿੱਚ ਵੀ ਦੇਖਦੇ ਹੋ। ਜਦੋਂ ਡੈਂਸ ਫੋਰੈਸਟ ਦੇ ਵਿੱਚੋਂ ਲਾਈਟ ਐਂਟਰ ਕਰਦੀ ਆ ਤਾਂ ਉੱਥੇ ਉਸਦਾ ਪਾਥ ਵਿਜ਼ੀਬਲ ਹੋ ਜਾਂਦਾ, ਦੈਟ ਇਜ਼ ਟੈਂਡਲ ਇਫੈਕਟ। ਆਪਾਂ ਘਰ ਦੇ ਵਿੱਚ ਜਦੋਂ ਵਿੰਡੋ 'ਚੋਂ ਕਿਸੇ ਛੋਟੀ ਹੋਲ 'ਚੋਂ ਲਾਈਟ ਆਉਂਦੀ ਦੇਖਦੇ ਹਾਂ ਤਾਂ ਉਸਦੇ ਵਿੱਚ ਡਸਟ ਪਾਰਟੀਕਲ ਦਿਖਦੇ ਆ, ਉਹ ਵੀ ਦੋਸਤੋ ਟੈਂਡਲ ਇਫੈਕਟ ਹੁੰਦਾ।